ਜੈੱਟ ਏਅਰਵੇਜ਼ ਦੇ ਇੰਪਲਾਈ ਵਰਕਰਾਂ ਅਤੇ ਪਾਇਲਟਾਂ ਦੇ ਸਮੂਹ ਇਕੱਠ ਵਿੱਚ ਜੈੱਟ ਏਅਰਵੇਜ਼ ਦੇ ਰਾਜੇਸ਼ ਹਾਂਡਾ ਦਾ ਕਹਿਣਾ ਹੈ ਕਿ ਉਹ ਇਸ ਕੰਪਨੀ ਵਿੱਚ ਪਿਛਲੇ 15 ਸਾਲ ਤੋਂ ਕੰਮ ਕਰ ਰਹੇ ਹਨ। ਉਹਨਾਂ ਨੇ ਸਰਕਾਰ ਨੂੰ ਪੁਰਜ਼ੋਰ ਗੁਜ਼ਾਰਿਸ਼ ਕੀਤੀ ਹੈ ਕਿ ਏਅਰਵੇਜ਼ ਨੂੰ ਇਸ ਮੁਸ਼ਕਲ ਦੇ ਹਾਲਾਤ ਵਿੱਚ ਫੰਡ ਜਾਰੀ ਕਰਕੇ ਮਦਦ ਕੀਤੀ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਜੈੱਟ ਏਅਰਵੇਜ਼ ਇਸ ਵਕਤ 20,000 ਮੁਲਾਜ਼ਮ ਕੰਮ ਕਰ ਰਹੇ ਹਨ, ਜਿਸ ਨਾਲ ਮੁਲਾਜ਼ਮਾਂ ਦੀ ਰੋਜ਼ੀ ਰੋਟੀ ਦਾ ਕੰਪਨੀ ਦੇ ਬੰਦ ਹੋਣ ਕਰਕੇ ਅਸਰ ਪਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦੇ ਵਪਾਰ ਵਿੱਚ ਵੱਡਾ ਯੋਗਦਾਨ ਇਹਨਾਂ ਨੇ ਪਾਇਆ ਹੈ। ਇੱਕ ਸਾਲ ਵਿੱਚ ਹੀ 700 ਤੋਂ ਲੈ ਕੇ 800 ਕਰੋੜ ਤੱਕ ਇਨਕਮ ਟੈਕਸ ਸਰਕਾਰ ਦੀ ਝੋਲੀ ਵਿੱਚ ਪਾ ਚੁੱਕੇ ਹਨ। ਮੈਂ ਰਾਜੇਸ਼ ਹਾਂਡਾ, ਪਿਛਲੇ 15 ਸਾਲ ਤੋਂ ਜੈੱਟ ਵਿੱਚ ਅਸੀਂ ਕੰਮ ਕਰ ਰਹੇ ਹਾਂ। ਅਸੀਂ ਸਾਰੇ ਪਾਇਲਟ, ਸਾਰੇ ਡਿਪਾਰਟਮੈਂਟ ਇੱਥੇ ਇਕੱਠੇ ਹੋਏ ਹਾਂ। ਅਸੀਂ ਗੌਰਮੈਂਟ ਨੂੰ ਇੱਕ ਪੁਰਜ਼ੋਰ ਗੁਜ਼ਾਰਿਸ਼ ਕਰਨਾ ਚਾਹੁੰਦੇ ਹਾਂ ਕਿ ਇਸ ਕੰਪਨੀ ਵਿੱਚ 20,000 ਲੋਕ ਨੇ, ਉਹਨਾਂ ਦੀ ਰੋਜ਼ੀ ਰੋਟੀ ਬਚਾਉਣ ਵਾਸਤੇ, ਇਸ ਦੇਸ਼ ਦੀ ਵਪਾਰ ਇਕੋਨਮੀ ਨੂੰ ਬਚਾਉਣ ਵਾਸਤੇ ਗੌਰਮੈਂਟ ਅੱਗੇ ਆਏ, ਹੋਰ ਯੋਗਦਾਨ ਪਾਏ। ਅਸੀਂ ਐਜ਼ ਇੰਪਲੋਈ ਹਰ ਤਰ੍ਹਾਂ ਗੌਰਮੈਂਟ ਦੀ ਮਦਦ ਕਰਾਂਗੇ। ਅਸੀਂ ਇੱਕ ਛੋਟੀ ਜਿਹੀ ਗੱਲ ਦੱਸਣਾ ਚਾਹਾਂਗਾ, ਪਿਛਲੇ ਇੱਕ ਸਾਲ 'ਚ 700 ਤੋਂ 800 ਕਰੋੜ ਰੁਪਏ ਅਸੀਂ ਸਿਰਫ ਇਨਕਮ ਟੈਕਸ ਦਿੱਤਾ। ਅਸੀਂ ਸਿਰਫ ਗੁਜ਼ਾਰਿਸ਼ ਹੈ ਗੌਰਮੈਂਟ ਨੂੰ, ਥੋੜ੍ਹੇ ਜਿਹੇ ਫੰਡਸ ਰਿਲੀਜ਼ ਕਰੇ, 15-20 ਦਿਨ ਇਹਨੂੰ ਚਲਾਏ ਜਦ ਤੱਕ ਨਵਾਂ ਇਨਵੈਸਟਰ ਨਹੀਂ ਆਉਂਦਾ। ਉਸ ਤੋਂ ਬਾਅਦ ਅਸੀਂ ਪੂਰੀ ਦੀ ਪੂਰੀ ਗੌਰਮੈਂਟ ਦੀ ਮਦਦ ਕਰਾਂਗੇ ਕਿ ਪੈਸਾ ਵਾਪਸ ਜਾਏ। ਹੋਰ ਜਿਵੇਂ ਅੱਜ ਤੱਕ ਇਸ ਏਅਰਲਾਈਨ ਨੇ ਦੇਸ਼ ਦਾ ਝੰਡਾ ਦੁਨੀਆ ਦੇ ਹਰ ਕੋਨੇ 'ਚ ਪਹੁੰਚਾਇਆ ਹੈ, ਅਸੀਂ ਉਸ ਤਰ੍ਹਾਂ ਹੀ ਲਿਜਾਵਾਂਗੇ, ਦੇਸ਼ ਦਾ ਨਾਮ ਉੱਚਾ ਰੱਖਾਂਗੇ, ਹਰ ਮੌਕੇ 'ਤੇ ਦੇਸ਼ ਦੇ ਨਾਲ ਖੜ੍ਹੇ ਹੋਵਾਂਗੇ। ਹਾਂਜੀ, ਮੇਰਾ ਨਾਂ ਕਮਲਜੀਤ ਸਿੰਘ ਚੀਮਾ ਜੀ। ਮੈਂ ਪਿਛਲੇ 24 ਸਾਲ ਤੋਂ ਜੈੱਟ ਏਅਰਵੇਜ਼ ਦੇ ਵਿੱਚ ਵਿਮਾਨ ਚਾਲਕ ਹਾਂ। ਅਤੇ ਇਹ ਜਿਹੜੀ ਸਿਚੁਏਸ਼ਨ ਇਸ ਵੇਲੇ ਹੁਣ ਡਿਵੈਲਪ ਹੋਈ ਹੈ, ਇਹਦੇ ਨਾਲ ਸਾਰੀ ਇੰਡਸਟਰੀ 'ਤੇ ਇੰਪੈਕਟ ਹੈ, ਸਿਰਫ ਜਿਹੜੇ ਮੁਲਾਜ਼ਮ ਨੇ ਉਹਨਾਂ 'ਤੇ ਨਹੀਂ, ਬਲਕਿ ਉਹਨਾਂ ਦੇ ਨਾਲ ਜਿਹੜੀ ਲੱਗੇ ਹੋਈ ਇੰਡਸਟਰੀ ਹੈ, ਹੋਟਲ ਇੰਡਸਟਰੀ ਹੈ, ਟੂਰਿਜ਼ਮ ਹੈ, ਬਿਜ਼ਨਸ ਹੈ, ਉਹ ਸਾਰੀ ਟਰੈਵਲ ਸਫ਼ਰ ਕਰ ਰਹੀ ਹੈ। ਅਤੇ ਸਾਡੀ ਇਹ ਤਾਂ ਹੁਣ ਅਪੀਲ ਹੀ ਹੋ ਸਕਦੀ ਹੈ ਸਰਕਾਰ ਨੂੰ, ਜੇ ਸਰਕਾਰ ਦਾ ਕੋਈ ਰਿਜ਼ੋਲਵ ਕਰਨ ਦਾ ਇਹਨੂੰ ਹੈ ਇਹਦੇ ਵਿੱਚ ਇੰਟੈਂਟ, ਤਾਂ ਉਹਨਾਂ ਨੂੰ ਇੰਟਰਵੀਨ ਕਰਨਾ ਚਾਹੀਦਾ। ਅਦਰਵਾਈਜ਼ ਤਾਂ ਇਹ ਸਾਨੂੰ ਫਿਰ ਇਹ ਲੱਗੇਗਾ ਵੀ ਇਹਨਾਂ ਦੀ ਇੰਟੈਂਟ ਹੀ ਰਿਜ਼ੋਲਵ ਕਰਨ ਦੀ ਹੈ ਨਹੀਂ। ਗੀ ਇਹ 10,000 ਕਰੋੜ ਦਾ ਸਰਕਾਰ ਦਾ ਜਿਹੜਾ ਨੁਕਸਾਨ ਹੈ, ਜਿਹੜਾ ਬੈਂਕਾਂ ਦਾ ਡੈਟ ਹੈ, ਉਹ 10,000 ਕਰੋੜ ਕਿਹਦਾ ਹੈਗਾ? ਉਹ ਤੁਹਾਡਾ, ਸਾਡਾ ਹੈ, ਅਸੀਂ ਟੈਕਸ ਦਿੱਤੇ ਹੋਏ ਨੇ, ਸਾਡਾ ਪੈਸਾ ਡੁੱਬੇਗਾ। ਅਗਰ ਇਸ ਤਰ੍ਹਾਂ ਕਹਿਣਗੇ ਵੀ ਅਸੀਂ ਇਹਨੂੰ ਡਿਲੇ ਕਰਕੇ ਅਤੇ 2-3 ਹਫ਼ਤਿਆਂ ਬਾਅਦ ਰਿਜ਼ੋਲਵ ਕਰਾਂਗੇ, ਉਹਦੇ ਵਿੱਚ ਤਾਂ ਕੋਈ ਉਹ ਸਲਿਊਸ਼ਨ ਨਹੀਂ ਹੈਗਾ। ਸਲਿਊਸ਼ਨ ਤਾਂ ਟਾਈਮ ਬਾਉਂਡ ਹੈ, ਇਹ ਇੰਡਸਟਰੀ ਦੇ ਵਿੱਚ ਹਰ ਮਿੰਟ, ਹਰ ਸੈਕਿੰਡ ਫਰਕ ਪਏਗਾ। ਤਾਂ ਇਹ ਸਾਡੇ ਵੱਲੋਂ ਬਹੁਤ ਗੁਜ਼ਾਰਿਸ਼, ਸਟਰੋਂਗਲੀ ਅਸੀਂ ਇਹਨੂੰ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਇਹਦੇ ਵਿੱਚ ਇੰਟਰਵੀਨ ਕਰੇ, ਬੈਂਕਾਂ ਦਾ ਪੈਸਾ ਜਿਹੜਾ ਲੱਗਿਆ ਹੋਇਆ ਉਹਨੂੰ, ਉਹ ਜਿਹੜੇ ਵਿੱਚ ਖਰੀਦਦਾਰ ਨੇ, 2-3 ਆਏ ਨੇ ਜਿਹੜੇ ਸਾਹਮਣੇ ਖਰੀਦਦਾਰ ਆਏ ਨੇ, ਉਹ ਵੀ ਪਿੱਛੇ ਹਟ ਜਾਣਗੇ, ਤਾਂ ਇਹ ਕੰਮ ਏਅਰਲਾਈਨ ਦਾ ਬੰਦ ਕਰਨ ਵਾਲਾ ਬਣ ਜਾਏਗਾ। ਸੋ ਇਹ ਅਸੀਂ, ਸਾਡੇ ਵੱਲੋਂ ਸਾਰਿਆਂ ਵੱਲੋਂ ਅਪੀਲ ਹੈ। ਮੈਂ ਸਾਰੇ ਆਪਣੇ ਜੈੱਟ ਏਅਰਵੇਜ਼ ਦੇ ਜਿੰਨੇ ਵੀ ਮੁਲਾਜ਼ਮ ਨੇ ਅਤੇ ਔਰ ਉਹਨਾਂ ਦੀਆਂ ਫੈਮਿਲੀਜ਼ ਨੇ, ਉਹਨਾਂ ਪਰਿਵਾਰਾਂ ਵੱਲੋਂ ਇਹ ਅਪੀਲ ਕਰਦਾ ਸਰਕਾਰ ਨੂੰ ਕਿ ਇਹਨੂੰ ਸੀਰੀਅਸਲੀ ਕੰਸਿਡਰ ਕਰਨ, ਇਹਨੂੰ ਐਵੇਂ ਟਾਈਮ ਦੇ ਵਿੱਚ ਟਾਈਮ ਜ਼ਾਇਆ ਨਾ ਕਰਨ ਇਸ ਮਾਮਲੇ 'ਚ।